ਤੇਰੇ 26 ਸਾਲਾਂ ਦੇ ਜੱਟ ਨੂੰ ਬਾਬਾ ਬਾਬਾ ਕਹਿੰਦੀ ਦੁਨੀਆ ਅੱਜ ਆਪਾਂ ਗੱਲ ਕਰਾਂਗੇ ਬਗੇਸ਼ਵਰ ਧਾਮ ਸਰਕਾਰ ਦੀ ਜਿਸ ਦਾ ਪੂਰਾ ਨਾਮ ਹੈਗਾ ਆ ਦਰੇਂਦਰ ਕ੍ਰਿਸ਼ਨਾ ਸ਼ਾਸਤਰੀ ਤੇ ਇਹ ਅੱਜ ਕੱਲ ਛਾਇਆ ਹੋਇਆ ਹੈ ਪੂਰੇ ਟੀਵੀ ਚੈਨਲਾਂ ਦੇ ਉੱਪਰ ਹਰ ਇੱਕ ਦੀ ਇੰਟਰਵਿਊ ਲੈ ਰਿਹਾ ਤੇ ਹਰ ਇੱਕ ਦੇ ਮਿਲੀਅਨ ਮਿਲੀਅਨ ਲੱਖਾਂ ਦੇ ਵਿੱਚ ਵਿਊ ਜਾ ਰਹੇ ਤੇ ਮੈਂ ਸੋਚਿਆ ਵੀ ਮੈਂ ਵੀ ਵੀਡੀਓ ਬਾਬੇ ਦੇ ਉੱਪਰ ਬਣਾਈ ਲਵਾਂ ਸ਼ਾਇਦ ਬਾਬੇ ਦੀ ਕਿਰਪਾ ਜਿਵੇਂ ਇੰਦਰ ਜੀ ਤੇ ਨਿੱਕੂ ਤੇ ਬਾਬੇ ਨੇ ਕੀਤੀ ਸੀ ਯਾਰ ਮੇਰੇ ਤੇ ਹੋ ਜਾਵੇ ਤੇ ਮੇਰੀਆਂ ਵੀਡੀਓ ਵੀ ਜਿਹੜੀਆਂ ਵਰਣ ਹੋ ਜਾਣਾ ਬਾਬੇ ਦੀ ਉਮਰ ਹੈਗੀ ਆ 26 ਬਾਬਾ ਇਸ ਟਾਈਮ ਖੇਡ ਰਿਹਾ ਟੈਕਨੋਲੋਜੀ ਦੀ ਚਾਲ ਵੀ ਉਸ ਨੂੰ ਪਤਾ ਕਿ ਜਿਹੜਾ ਆਉਣ ਵਾਲਾ ਟਾਈਮ ਆ ਜਾਂ ਚੱਲ ਰਿਹਾ ਟਾਈਮ ਆ ਇਹ ਟੈਕਨੋਲੋਜੀ ਦਾ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਨੌਜਵਾਨਾਂ ਦੇ ਵੀ ਤੇ ਬੁਢਿਆਂ ਦੇ ਵੀ ਕਿਉਂਕਿ ਹਰ ਇੱਕ ਆਪੂ ਆਪਣੇ ਫੋਨ ਦੇ ਉੱਪਰ ਲੱਗਿਆ ਹੋਇਆ ਆ ਬਾਬੇ ਨੇ ਰੱਖੀ ਹੋਈ ਆ ਆਪਣੀ ਇੱਕ ਸਪੈਸ਼ਲ ਸੋਸ਼ਲ ਮੀਡੀਆ ਵਾਲੀ ਟੀਮ ਜਿਹੜੀ ਬਾਬੇ ਦਾ YouTube ਚੈਨਲ Facebook ਤੇ Twitter ਤੇ Instagram ਨੂੰ ਹੈਂਡਲ ਕਰ ਰਹੀ ਆ ਬਾਬੇ ਦੇ YouTube ਚੈਨਲ ਦੇ ਉੱਪਰ 3.5 ਮਿਲੀਅਨ ਸਬਸਕ੍ਰਾਈਬਰ ਨੇ 3 ਮਿਲੀਅਨ Facebook ਦੇ ਉੱਪਰ ਸਬਸਕ੍ਰਾਈਬਰ ਨੇ 60000 Twitter ਦੇ ਉੱਪਰ ਫੋਲੋਅਰ ਨੇ ਤੇ 2 ਲੱਖ Instagram ਦੇ ਉੱਪਰ ਫੋਲੋਅਰ ਨੇ ਤੇ ਜਿਹੜੀ ਉਹ ਟੀਮ ਆ ਨਾ ਬਹੁਤ ਇੰਟੈਲੀਜੈਂਟ ਆ ਉਹ Google ਦੇ ਉੱਪਰ ਇਹ ਸਰਚ ਕਰਦੀ ਆ ਕਿ ਵੀ ਲੋਕ ਸਭ ਤੋਂ ਜ਼ਿਆਦਾ ਕੀ ਸਰਚ ਕਰਦੇ ਆ ਜਿੱਦਾਂ ਕਈਆਂ ਨੂੰ ਆਤ ਹੁੰਦੀ ਆ ਅੱਜ ਦਾ ਰਾਸ਼ੀ ਫਾਲਾ ਜਾਂ ਧਨ ਦੀ ਪ੍ਰਾਪਤੀ ਕਿਵੇਂ ਕੀਤੀ ਜਾਵੇ ਘਰ ਚੋਂ ਗਰੀਬੀ ਕਿਵੇਂ ਦੂਰ ਕੀਤੀ ਜਾਵੇ ਸ਼ਾਦੀ ਜਲਦੀ ਕਰਨੇ ਕੇ ਉਪਾ ਪਤਨੀ ਸੇ ਛਟਕਾਰਾ ਪਾਣੇ ਕੇ ਉਪਾ ਜਾਦੂ ਟੂਣਾ ਕਰਨੇ ਕੇ ਉਪਾ ਵੀ ਉਹਦਾ ਦਾ ਜਿਹੜੀ ਕੋਡਿੰਗ ਉਹ ਚੱਕਦੇ ਆ ਵਰਲਡ ਚੱਕਦੇ ਆ ਵੀ ਆ ਲੋਕੀ ਜ਼ਿਆਦਾ ਸਰਚ ਕਰਦੇ ਆ ਤੇ ਉਹ ਉਹ ਵੈਬਸਾਈਟ ਤੇ ਕੋਡਿੰਗ ਕਰ ਦਿੰਦੇ ਆ ਤਾਂ ਜਿਹੜਾ ਸਾਰਾ ਟ੍ਰੈਫਿਕ ਆ ਵੀ ਲੋਕੀ ਸਰਚ ਕਰਦੇ ਨੇ ਤੇ ਉਹ ਆਟੋਮੈਟਿਕਲੀ ਵੈਬਸਾਈਟ ਦੇ ਉੱਪਰ ਆ ਲੋਕ ਜਾਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਬਾਬੇ ਦੇ ਨਾਲ ਜੋੜਿਆ ਜਾਵੇ ਚਾਹੇ ਟੈਕਨੋਲੋਜੀ ਦੇ ਮਾਧਿਅਮ ਰਾਹੀਂ ਜਦੋਂ ਬਾਬੇ ਦਾ ਸਵਾਗਤਮ ਹੁੰਦਾ ਹੈ ਤੇ ਉਦੋਂ ਕੋਈ ਵੀ ਇਮੋਸ਼ਨਲ ਸੀਨ ਹੁੰਦਾ ਜਿਵੇਂ ਹਣ ਇੰਦਰਜੀਤ ਨਿੱਕੂ ਦਾ ਸੀਗਾ ਤੇ ਉਹ ਜਾਣ ਬੁੱਝ ਕੇ ਚਿਹਰੇ ਤੋਂ ਮਾਸਕ ਉਤਾਰਿਆ ਗਿਆ ਤੇ ਉਹੋ ਉਹਨਾਂ ਕਲਿੱਪ ਜਾਣ ਕੇ ਵਾਇਰਲ ਕੀਤਾ ਗਿਆ ਉਹਨੂੰ ਪਤਾ ਸੀਗਾ ਕਿ ਕਿੰਨਾ মিডিਆ ਜਿਹੜਾ ਆ ਇਸ ਕਲਾਕਾਰ ਦੇ ਕਲਿੱਪ ਨੂੰ ਵਾਇਰਲ ਕਰੂਗਾ ਤੇ ਬਾਬੇ ਦੀ ਕਿੰਨੀ ਮਸ਼ਹੂਰੀ ਹੋਣੀ ਆ ਤੇ ਹਰ ਇੱਕ ਚੈਨਲ ਨੇ ਇੰਦਰਜੀਤ ਨਿੱਕੂ ਦੀ ਵੀਡੀਓ ਉਹ ਸ਼ੇਅਰ ਵੀ ਕੀਤੀ ਜਿੱਥੋਂ ਆਪਾਂ ਨੂੰ ਹੁਣ ਇਹ ਲੱਗਦਾ ਵੀ ਇਹ ਬਾਬਾ ਇੰਦਰਜੀਤ ਨਿੱਕੂ ਵਾਲਾ ਆ ਸਾਰੇ ਪੰਜਾਬੀ ਹੁਣ ਇਸ ਬਾਬੇ ਨੂੰ ਨਿੱਕੂ ਵਾਲੇ ਬਾਬੇ ਦੇ ਨਾਮ ਤੋਂ ਜਾਣਦੇ ਆ ਸਿੱਧੀ ਜੀ ਗੱਲ ਹਨ ਕਿਸੇ ਨੂੰ ਇਸ ਦਾ ਸਹੀ ਨਾਮ ਹੀ ਪਤਾ ਵੀ ਕੀ ਆ ਕੀ ਨਹੀਂ ਹੈਗਾ ਤੇ ਇਦਾਂ ਹੀ ਜਦੋਂ ਹਰ ਰੋਜ਼ ਇਹਦਾ ਸਮਾਗਮ ਹੁੰਦਾ ਆ ਤੇ ਉਦੋਂ ਇਮੋਸ਼ਨਲ ਕਲਿੱਪ ਜਿਹੜੇ ਕੱਟੇ ਜਾਂਦੇ ਆ ਵੀ ਜਿੱਥੇ ਲੋਕ ਕੁਝ ਕੋਈ ਉਦਾਂ ਦਾ ਇਮੋਸ਼ਨਲ ਰੋ ਪੈਂਦੇ ਆ ਜਾਂ ਆਪਣੇ ਕੋਈ ਜ਼ਿਆਦਾਤਰ ਜਨਾਨੀਆਂ ਨੂੰ ਟਾਰਗੇਟ ਕਰਦੇ ਆ ਹਨ ਕੋਈ ਜਨਾਨੀ ਰੋ ਪੀ ਆ ਤੇ ਕਿਉਂਕਿ ਮੈਂ ਜ ਸਾਰੀ ਦਿਹਾੜੀ ਲਾਈ ਐ ਇਸ ਦੇ ਸਾਰਾ ਤਾਮਝਾਮ ਦੇਖਣ ਵਾਸਤੇ ਤੇ ਤੈਨੂੰ ਮੈਂ ਵੀਡੀਓ ਜਿਹੜੀ ਰਾਤ ਨੂੰ ਹੁਣ 1 ਵਜੇ ਕਿ ਮੈਂ ਬਣਾ ਰਿਹਾ ਹਾਂ ਸਵੇਰ ਦਾ ਇਸੇ ਤੇ ਲੱਗਿਆ ਵਾ ਸੀਗਾ ਕੰਮ ਹੈ ਨਹੀਂ ਸੀਗਾ ਅਜਾ ਤੇ ਉਹ ਨਾ ਸਜਨਾਨੀਆਂ ਦੀਆਂ ਵੀਡੀਓ ਕੱਟ-ਕੱਟ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੇ ਆ ਤੇ ਉਹ ਚਲੋ ਲਿਖ ਦਿੰਦਾ ਆ ਪਹਿਲਾਂ ਵੀ ਹਾਏ ਗੱਲ ਮੈਂ ਮੰਨਦਾ ਆ ਕਿ ਵੀ ਉਹ ਲਿਖ ਦਿੰਦਾ ਉਹ ਲਿਖੇ ਦਿੰਦਾ ਆ ਬਾਬਾ ਬਿਨਾਂ ਕਿਸੇ ਦੇ ਅਗਲੇ ਦੇ ਮੂੰਹ 'ਚ ਬੋਲੇ ਕਿਉਂਕਿ ਉਸ ਨੂੰ ਫੇਸ ਰੀਡਿੰਗ ਕਰਨੀ ਆਉਂਦੀ ਆ ਬਈ ਬੰਦੇ ਦੀ ਇਮਪ੍ਰੈਸ਼ਨ ਬੰਦੇ ਦੇ ਹਾਉ ਭਾਉ ਦੇਖ ਕੇ ਬੰਦੇ ਦਾ ਚਿਹਰਾ ਉਹ ਪੜ ਲੈਂਦਾ ਆ ਬਈ ਇੰਨਾ ਜ਼ਿਆਦਾ ਉਹ ਚਲਾਕ ਆ ਉਸ ਦੀ ਵੀ ਉਸ ਨੇ ਪੜ੍ਹਾਈ ਕੀਤੀ ਹੋਈ ਆ ਉਦਾਂ ਪੜਿਆ ਇਹ ਅੱਠ ਹੀ ਆ ਤੇ ਪਰ ਉਸ ਤੋਂ ਬਾਅਦ ਜਵਾਨੀ ਦੇ ਵਿੱਚ ਜਦੋਂ ਇਸ ਨੂੰ ਲੱਗਿਆ ਕਿ ਇਸ ਬਿਜ਼ਨਸ ਦੇ ਵਿੱਚ ਜਾਣਾ ਆ ਬਾਬੇ ਵਾਲੀ ਕੈਟਾਗਰੀ ਦੇ ਵਿੱਚ ਤਾਂ ਇਹਦਾ ਜਿਹੜਾ ਗਿਆਨ ਹੋਣਾ ਜ਼ਰੂਰੀ ਆ ਪਹਿਲਾਂ ਇਹ ਆਪਣੇ ਪਿੰਡ ਲੈਵਲ ਦੇ ਉੱਪਰ ਦਰਬਾਰ ਲਾਉਂਦਾ ਹੁੰਦਾ ਸੀ ਭੂਤਾਂ ਭਾਤਾਂ ਕੱਢਦਾ ਹੁੰਦਾ ਸੀ ਲੋਕਾਂ ਦੇ ਵਿੱਚ ਹੌਲੀ ਹੌਲੀ ਇਹ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ YouTube YouTube Facebook ਇਨਸਟਾਗ੍ਰਾਮ ਤੇ ਉਹਦੇ ਤੋਂ ਫਿਰ ਜਿਹੜਾ ਬਾਬਾ ਆਇਆ ਹੈ ਜਿਆਦਾ ਮਸ਼ਹੂਰ ਹੋ ਗਿਆ ਜਿਆਦਾ ਲੋਕਾਂ ਦੀ ਨਿਗਾਹ ਦੇ ਵਿੱਚ ਆ ਗਿਆ ਤੇ ਲੋਕ ਇੱਕੇ ਨਾਮ ਜਾਣ ਲੱਗ ਗਏ ਇਹਦੇ ਏਰੀਏ ਵਿੱਚ ਜਿਹੜੇ ਏਰੀਆ ਦਾ ਹੈ ਰਹਿਣ ਵਾਲਾ ਆ ਉੱਥੇ ਜ਼ਮੀਨ ਦੇ ਜਿਹੜੇ ਭਾਅ ਆ ਉਹ ਵੀ ਵਧਣ ਲੱਗ ਗਏ ਆ ਦੁਕਾਨਾਂ ਦੇ ਭਾਅ ਉੱਥੇ ਵਧ ਗਏ ਆ ਕਿਉਂਕਿ ਹਰ ਇੱਕ ਜਾ ਰਿਹਾ ਹੈ ਉੱਥੇ ਜ਼ਮੀਨਾਂ ਖਰੀਦਣ ਲੋਕਾਂ ਨੂੰ ਪਤਾ ਕਿ ਬਾਬੇ ਦਾ ਜਿਹੜਾ ਡੇਰਾ ਆ ਉਹ ਵੱਡਾ ਹੁੰਦਾ ਜਾ ਰਿਹਾ ਐਸ ਨੇ ਜਿਹੜੀਆਂ ਉੱਥੇ ਪੰਚਾਇਤੀ ਜ਼ਮੀਨਾਂ ਸੀਗੀਆਂ ਤੇ ਜਦੋਂ ਜ਼ਮੀਨਾਂ ਨੂੰ ਕੋਈ ਵਾਲੀ ਵਾਰਸ ਨਹੀਂ ਸੀਗਾ ਸਾਰਿਆਂ ਨੇ ਨੱਪਣੀਆਂ ਸ਼ੁਰੂ ਕਰਤੀਆਂ ਨੇ ਤੇ ਉੱਥੇ ਇਹ ਪੰਡਾਲ ਹੀ ਬਣਾਉਂਦਾ ਆਉਂਦਾ ਆ ਯਾਨੀ ਕਿ ਧਾਮ ਹੀ ਆਪਣਾ ਵੱਡਾ ਕਰਦਾ ਤਰਿਆਂਦਾ ਕਿਉਂਕਿ ਹਰ ਰੋਜ਼ 15 ਤੋਂ 20 ਹਜ਼ਾਰ ਲੋਕ ਇਸ ਦੇ ਧਾਮ ਦੇ ਵਿੱਚ ਪਹੁੰਚ ਰਹੇ ਨੇ ਤੇ ਤਕਰੀਬਨ ਕਹਿੰਦੇ ਕਿ ਵੀਕੈਂਡ ਬਾਬੇ ਦਾ ਚੰਗਾ ਲੱਗ ਜਾਂਦਾ ਤੇ ਉਦੋਂ 5-7 ਲੱਖ ਲੋਕ ਜਿਹੜਾ ਹੁੰਦਾ ਹੈ ਨਾਰਮਲ ਘੱਟ ਤੋਂ ਘੱਟ 2.5 ਲੱਖ ਤਾਂ ਲੋਕ ਹੁੰਦਾ ਹੀ ਹੁੰਦਾ ਉਸ ਤੋਂ ਪਲੱਸ ਜਿੰਨੇ ਮਰਜ਼ੀ ਹੋ ਜਾਣ ਕਿ ਇੰਨਾ ਇਸ ਦੇ ਕੋਲੇ ਪ੍ਰਬੰਧ ਹੁੰਦਾ ਹੈ ਵੀ ਇੰਨੀ ਸੰਗਤ ਆਉਣੀ ਆ। ਇੱਕ ਜੀ ਦਾ ਟੋਕਨ ਟੋਕਨ ਸਿਸਟਮ ਚੱਲਦਾ ਆ। ਟੋਕਨ ਸਿਸਟਮ ਇਦਾਂ ਵੀ ਜਾਂਦਾ ਉੱਥੇ ਤੁਸੀਂ ਜਾ ਕੇ ਟੋਕਨ ਪਾ ਸਕਦੇ ਹੋ। ਜੇਕਰ ਨਹੀਂ ਜਾਣਾ ਚਾਹੁੰਦੇ ਤੁਸੀਂ ਵੈਬਸਾਈਟ ਦੇ ਉੱਪਰ ਵੀ ਟੋਕਨ ਪਾ ਸਕਦੇ ਹੋ। ਟੋਕਨ ਦੇ ਵਿੱਚ ਤੁਸੀਂ ਆਪਣਾ ਨਾਮ, ਡੇਟ ਆਫ ਬਰਥ, ਆਪਣਾ ਪਿੰਡ ਦਾ ਨਾਮ, ਫੋਨ ਨੰਬਰ ਸਾਰੀ ਆਪਣੀ ਡਿਟੇਲ ਲਿਖ ਦੇਣੀ ਆ ਤੇ ਇੱਕ ਡੱਬੇ ਦੇ ਵਿੱਚ ਪਾਈ ਜਾਣੇ ਆ। ਫਿਰ ਉਸ ਦੇ ਵਿੱਚੋਂ ਉਹ ਟੋਕਨ ਕੱਢਦੇ ਜੋ ਤੁਹਾਡਾ ਟੋਕਨ ਦਾ ਨੰਬਰ ਲੱਗ ਜੰਨਾ ਤੁਹਾਨੂੰ ਫਿਰ ਕਾਲ ਆਉਂਦੀ ਆ। ਉਸ ਡੇਰੇ ਦੇ ਵਿੱਚੋਂ ਧਾਮ ਦੇ ਵਿੱਚੋਂ ਕਿ ਤੁਹਾਡਾ ਨੰਬਰ ਲੱਗ ਗਿਆ ਜੀ ਤੁਸੀਂ ਇੰਨੀ ਤਰੀਕ ਨੂੰ ਇਸ ਜਗ੍ਹਾ ਦੇ ਉੱਪਰ ਆਉਣਾ ਹੈ ਤੇ ਆਪਣੀ ਤੁਸੀਂ ਪ੍ਰੋਬਲਮ ਜਿਹੜੀ ਆ ਦੱਸ ਦੇਣੀ ਆ ਜਦੋਂ ਉਹ ਬੰਦਾ ਆਉਂਦਾ ਹੈ ਜਾਂ ਜਨਾਨੀ ਆਉਂਦੀ ਆ ਪ੍ਰੋਬਲਮ ਆਪਣੀਆਂ ਦੱਸਦੀ ਕਰਦੀ ਆ ਤੇ ਫਿਰ ਉਹ ਜਿਹੜੀ ਚੀਜ਼ ਨੂੰ ਕੈਚ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਪਾ ਕੇ ਵਾਇਰਲ ਕਰ ਦਿੱਤਾ ਜਾਂਦਾ ਆ ਤੇ ਜਿਹੜਾ ਉਹ ਟੋਕਨ ਦਾ ਸਿਸਟਮ ਆ ਜਦੋਂ ਕਿ ਇਹਦਾ ਟੋਕਨ ਲੱਗਦਾ ਤੇ ਬਾਬਾ ਦੇ ਜਿਹੜੇ ਸ਼ਰਧਾਲੂ ਆ ਜਾਂ ਬਾਬੇ ਦੀ ਇੱਕ ਸ਼ਰਤ ਬਣਾਈ ਹੋਈ ਆ ਕਿ ਤੁਸੀਂ ਪੰਜ ਮੰਗਲਵਾਰ ਇੱਥੇ ਹਾਜ਼ਰੀ ਦੇਣੀ ਆ ਬਿਨਾ ਤੁਸੀਂ ਲਸਣ ਪਿਆਜ਼ ਤੇ ਮੀਟ ਮਾਸ ਖਾਦੇ ਬਿਨਾ ਹਨਾ ਇੱਥੇ ਰਹਿ ਕੇ ਤੁਸੀਂ ਧਾਮ ਦੇ ਵਿੱਚ ਹਰ ਮੰਗਲਵਾਰ ਸੇਵਾ ਕਰਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਹੁਣ ਜਿਨ੍ਹਾਂ ਦੇ ਮੰਨ ਲਓ ਵੀ ਜੇ 5000 ਜਾਂ 100 ਬੰਦੇ ਦਾ ਵੀ ਟੋਕਨ ਕੱਢਿਆ ਉਹ ਤਾਂ 100 ਬੰਦਾ ਪੱਕਾ ਹੋ ਗਿਆ ਹਨਾ ਸ਼ਾਇਦ ਹੋ ਸਕਦਾ ਨਾਲ ਉਹ 2-2 3-3 ਜਣਾਂ ਨੂੰ ਹੋਰ ਲੈ ਆਉਣ ਵੀ ਇੱਕ ਚੀਨ ਦੇ ਨਾਲ ਚੀਨ ਜੁੜੀ ਹੋਈ ਆ ਇਹ ਹੁਣ ਵਿਵਾਦਾਂ ਦੇ ਵਿੱਚ ਤਾਂ ਆਇਆ ਤੇ ਆਇਆ ਸੀਗਾ ਕਿਉਂਕਿ ਨੇਤਾ ਸ਼ਿਵਾਜ ਚੰਦਰ ਬੋਸ਼ ਜੀ ਦਾ ਇੱਕ ਇੱਕ ਉਹਨਾਂ ਦਾ ਕਲਬ ਜਆ ਥੋੜੇ ਜਿਹੜੇ ਇੱਕ ਬੋਲਦੇ ਹੁੰਦੇ ਸੀਗੇ ਮੈਂ ਤੁਮੇ ਖੂਨ ਦੂੰਗਾ ਤੂੰ ਮੇजे ਆਯਾ ਦੀ ਦੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਪੜਿਆ ਆ ਉਦਾਂ ਇਸ ਬਾਬੇ ਨੇ ਜੋਸ਼-ਜੋਸ਼ ਦੇ ਵਿੱਚ ਕਹਿਦਾ ਸੀਗਾ ਕਿ ਤੁਸੀਂ ਮੇਰਾ ਸਾਥ ਦਿਓ ਲੋਕੋ ਤੇ ਮੈਂ ਤੁਹਾਨੂੰ ਹਿੰਦੂ ਰਾਸ਼ਟਰ ਦੇਵਾਂਗਾ ਕਿ ਮੈਂ ਪੂਰੇ ਇੰਡੀਆ ਨੂੰ ਹਿੰਦੂ ਰਾਸ਼ਟਰ ਆ ਬਣਾ ਦੂੰਗਾ ਜਿੱਥੋਂ ਕਿ ਜ਼ਿਆਦਾ ਮਾਮਲਾ ਭੱਗ ਗਿਆ ਲੋਕ ਮੀਡੀਆ ਵਾਲੇ ਇਸ ਦੇ ਦਿਵਾਲੇ ਹੋ ਗਏ ਤਾਂ ਉਦੋਂ ਇਸ ਦਾ ਜਿਹੜਾ ਕਿ ਦਿਵਾਲਾ ਨਿਕਲਣਾ ਸ਼ੁਰੂ ਹੋ ਗਿਆ ਤੇ ਇਹ ਜਿਹੜੀ ਚੀਜ਼ ਆ ਨਾ ਮੈਂ ਮੰਨਦਾ ਕਿ ਵੀ ਇਸ ਨੇ ਜਾਣ ਬੁੱਝ ਕੇ ਉਹ ਸਟੰਟ ਕੀਤਾ ਹੈ ਕਿਉਂਕਿ ਹੁਣ ਕੋਈ ਵੀ ਅਜਿਹਾ ਚੈਨਲ ਨਹੀਂ ਹੈਗਾ ਜਿਸ ਨੇ ਇਸ ਦੀ ਗੱਲ ਨਹੀਂ ਕੀਤੀ ਕਿਉਂਕਿ ਸਾਰਿਆਂ ਨੇ ਇਸ ਨੂੰ ਮਸ਼ਹੂਰ ਕਰਤਾ ਤੇ ਉਲਟਾ ਇਹ ਬੰਦਾ ਇੰਟਰਵਿਊ ਵੀ ਦੇ ਰਿਹਾ ਹੈ ਹਰ ਇੱਕ ਵੱਡੇ ਵੱਡੇ ਮਿਲੀਅਨ ਮਿਲੀਅਨ ਵਾਲੇ ਚੈਨਲਾਂ ਦੇ ਉੱਪਰ ਕਿਉਂਕਿ ਆਪਣੀ ਪਾਪੂਲੈਰਿਟੀ ਵਧਾ ਰਿਹਾ ਆ ਇਹਨੂੰ ਪਤਾ ਕਿ ਮੇਰਾ ਕੋਈ ਕੁਛ ਨਹੀਂ ਕਰ ਸਕਦਾ ਕਿਉਂਕਿ ਨਰਿੰਦਰ ਮੋਦੀ ਜੀ ਵੀ ਜਾ ਕੇ ਆਏ ਆ ਇਸ ਦੇ ਡੇਰੇ ਦੇ ਉੱਪਰ ਦੇਖ ਕੇ ਆਏ ਆ ਵੀ ਕਿੰਨੀ ਕ ਸੰਗਤ ਜੋੜੀ ਬੈਠਾ ਆ ਨਿਠਨ ਗਰਗੜੀ ਉਹ ਵੀ ਬੀਜੇਪੀ ਦਾ ਹੀ ਆ ਉਹ ਵੀ ਜਾ ਕੇ ਆਇਆ ਆ ਉਦੋਂ ਅਮਤਾਬ ਵਚਨ ਵੀ ਜਾ ਕੇ ਆਇਆ ਇਸ ਦੇ ਡੇਰੇ ਦੇ ਉੱਪਰ ਵੀ ਕਾਫੀ ਲੋਕ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਆਇਆਂ ਜਿਹੜੀਆਂ ਇਸ ਦੇ ਡੇਰੇ ਦੇ ਉੱਪਰ ਆ ਜਾਂਦੀਆਂ ਰਹਿੰਦੀਆਂ ਨੇ ਤੇ ਹਾਜ਼ਰੀ ਆਪਣੀ ਲਵਾਉਂਦੀ ਰਹਿੰਦੀਆਂ ਨੇ ਤੇ ਉਸ ਦਾ ਕਾਰਨ ਇਹੀ ਹੈ ਕਿ ਇਸ ਬੰਦੇ ਦੀ ਪਾਪੂਲੈਰਿਟੀ ਵਧ ਰਹੀ ਆ ਵੀ ਸਰਕਾਰ ਹੀ ਅਜਿਹੇ ਡੇਰੇ ਜਿਹੜੇ ਆ ਪੈਦਾ ਕਰ ਪੈਦਾ ਕਰਦੀ ਆ ਇੱਕ ਵੋਟ ਬੈਂਕ ਵਾਸਤੇ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਵੋਟਾਂ ਦਾ ਇਸਤੇਮਾਲ ਕਰਦੀ ਹੈ ਤੇ ਬਾਬਿਆਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਜਦੋਂ ਬਾਬੇ ਕੋਈ ਮਾੜੀ ਮੋਟੀ ਤਿੰਨ ਪੰਜ ਕਰਦਾ ਤੇ ਉਦੋਂ ਇਹੀ ਸਰਕਾਰਾਂ ਧੌਣ ਮਰੋੜ ਕੇ ਪਿੰਜਰੇ ਦੇ ਵਿੱਚ ਬਾਬਿਆਂ ਨੂੰ ਯਾਨੀ ਕਿ ਜੇਲ੍ਹ ਦੇ ਵਿੱਚ ਵੀ ਤਾੜ ਦਿੰਦੀਆਂ ਨੇ ਜਦੋਂ ਵੋਟਾਂ ਲੱਗ ਕੇ ਆਉਂਦੀਆਂ ਤੇ ਪਿੰਜਰੇ ਵਿੱਚੋਂ ਕੱਢ ਲਿਆ ਜਾਂਦਾ ਆ ਤੁਹਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਕਿੰਨੇ ਬਾਬੇ ਹੋਣਗੇ ਜਿਹੜੇ ਕਿੰਨੇ ਮਸ਼ਹੂਰ ਹੋਏ ਸੀਗੇ ਵੀ ਟੈਮ ਪੈਨ ਦੇ ਨਾਲ ਉਹ ਮਸ਼ਹੂਰ ਵੀ ਹੋਏ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੜ ਜੇ ਫੰਗ ਕੱਢੇ ਉਡਣ ਦੀ ਕੋਸ਼ਿਸ਼ ਕੀਤੀ ਆ ਫੜ ਕੇ ਉਹਨਾਂ ਨੂੰ ਪਿੰਜਰੇ ਦੇ ਵਿੱਚ ਸਰਕਾਰ ਵੱਲੋਂ ਪਾ ਦਿੱਤਾ ਗਿਆ ਤੁਸੀਂ ਇਸ ਬਾਬੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਮਿਲਦੇ ਆ ਅਗਲੀ ਜਾਣਕਾਰੀ ਦੇ ਨਾਲ ਵੀਡੀਓ ਸੋਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ